ਸਿਮਰਜੀਤ ਬੈਂਸ ਮੈਂ ਅੱਜ ਅਸੀਂ ਨਵੀਂ ਦਿੱਲੀ ਅਮੈਰੀਕਨ ਅੰਬੈਸੀ ਹੈਗੀ ਹੈ ਇਹਦੇ ਅਮੈਰੀਕਨ ਅੰਬੈਸੀ ਦੇ ਅੱਗੇ ਖੜ੍ਹ ਕੇ ਇੱਕ ਬੜਾ ਇੰਪੋਰਟੈਂਟ ਇਸ਼ੂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆਂ। NRI ਪੰਜਾਬੀ ਜਿਹੜੇ ਅਮਰੀਕਾ 'ਚ ਵਸਦੇ, ਮੈਂ ਸ਼ੁਕਰੀਆ ਅਦਾ ਕਰਦਾ ਵਿਸ਼ੇਸ਼ ਕਰਕੇ ਛੋਟੇ ਵੀਰ ਔਲਖ ਦਾ ਔਰ ਬਿਕਰਮਜੀਤ ਹੋਰਾਂ ਦਾ। ਉਹਨਾਂ ਨੇ ਰਾਹਦਾਰੀ ਸਪੋਂਸਰਸ਼ਿਪ ਭੇਜੀ ਮੈਨੂੰ ਸਰਦਾਰ ਜਸਵਿੰਦਰ ਸਿੰਘ ਖਾਲਸਾ ਜੀ ਹੋਰਾਂ ਨੂੰ ਕਿ ਅਮੈਰੀਕਨ ਪੰਜਾਬੀ ਤੁਹਾਨੂੰ ਬੜਾ ਯਾਦ ਕਰਦੇ ਆ, ਮਿਲ ਕੇ ਜਾਓ। ਮੈਂ ਉਹਨਾਂ ਦਾ ਪਹਿਲਾਂ ਸ਼ੁਕਰੀਆ ਅਦਾ ਕਰਦਾ। ਹੈਰਾਨੀ ਹੋਈ ਇੰਡੀਆ ਦੇ ਅੰਦਰ ਅਮੈਰੀਕਨ ਅੰਬੈਸੀ ਜਦੋਂ ਸਕਿਉਰਿਟੀ ਚੈੱਕ ਹੋਇਆ, ਖਾਲਸਾ ਜੀ ਅੰਮ੍ਰਿਤਧਾਰੀ ਆ, ਮੈਂ ਤਾਂ ਅੰਮ੍ਰਿਤ ਹਜੇ ਛਕਿਆ ਨੀਗਾ। ਇਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਣੀ ਕਿਰਪਾਨ ਜਿਹੜੀ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਤਿਆਰ ਕਰਕੇ ਗਏ ਆ, 1.25 ਲੱਖ ਦੇ ਨਾਲ ਨਿਆਰਾ ਖਾਲਸਾ ਜਬਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਸਾਨੂੰ 5 ਕਕਾਰ ਦੇ ਗਏ। ਅਸੀਂ ਸੰਸਾਰ ਪੱਧਰ 'ਤੇ ਟਰਬਨ ਦੀ ਕਕਾਰਾਂ ਦੀ ਜੰਗ ਲੜਦੇ ਹਾਂ ਅਤੇ ਦੇਸ਼ ਦੇ ਵਿੱਚ ਅਮਰੀਕਾ ਦਾ ਵੀਜ਼ਾ ਲੈਣ ਲਈ ਅਸੀਂ ਆਪਣੀ ਕਕਾਰਾਂ ਦੇ ਵਿੱਚੋਂ ਸ੍ਰੀ ਸਾਹਿਬ ਬਾਹਰ ਉਤਾਰ ਕੇ ਚਲੇ ਜੀ, ਪ੍ਰਵਾਨ ਨਹੀਂ। ਮੈਂ ਖਾਲਸਾ ਜੀ ਉੱਥੋਂ ਆਪਣਾ ਸਮਾਨ ਚੱਕਿਆ ਵਾਪਸ ਆ ਗਏ। ਮੈਂ ਅੰਦਰ ਗਿਆ ਅੰਬੈਸੀ ਦੇ ਅੰਦਰ ਜਾ ਕੇ, ਉਹ ਮੈਨੂੰ ਸਵਾਲ ਕਰਨ ਲੱਗੇ ਜਿਹੜੇ ਵੀਜ਼ਾ ਆਫੀਸਰ। ਮੈਂ ਕਿਹਾ ਵੀ ਮੈਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ, ਪਹਿਲਾਂ ਮੇਰੇ ਸਵਾਲ ਦਾ ਜਵਾਬ ਦਿਓ। ਮੈਂ ਪੰਜਾਬ ਵਿਧਾਨ ਸਭਾ ਦਾ ਕਾਨੂੰਨ ਬਣਾਉਣ ਵਾਲੀ ਸਭਾ, ਮੈਂ ਦੂਜੀ ਵਾਰੀ MLA ਚੁਣ ਕੇ ਗਿਆ, ਮੈਨੂੰ ਮੇਰੇ ਅਧਿਕਾਰਾਂ ਦਾ ਅਤੇ ਕਾਨੂੰਨ ਦੀ ਜਾਣਕਾਰੀ ਹੈਗੀ ਆ। ਤੁਸੀਂ ਮੇਰੇ ਸਾਥੀ ਸਰਦਾਰ ਜਸਵਿੰਦਰ ਸਿੰਘ ਖਾਲਸਾ ਜਿਹੜੇ ਅੰਮ੍ਰਿਤਧਾਰੀ ਆ, ਤਕਾਰ ਕਿਵੇਂ ਉਤਾਰਤਾ? ਤੁਸੀਂ ਕਹਿੰਦੇ ਹੋ ਕਿਰਪਾਨ ਲਾ ਕੇ ਆਓ ਬਾਹਰ, ਇਹ ਨਾਈਫ ਨਹੀਂ, ਇਹ ਚਾਕੂ ਨਹੀਂ, ਇਹ ਸਾਡਾ ਧਾਰਮਿਕ ਚਿੰਨ, ਸਾਡਾ ਗੁਰੂ ਗੋਬਿੰਦ ਸਿੰਘ ਦੇ ਕੇ ਗਿਆ, ਮੈਨੂੰ ਤੁਹਾਡੇ ਵਿਦੇ ਦੀ ਜ਼ਰੂਰਤ ਨਹੀਂ, ਪਹਿਲਾਂ ਮੈਨੂੰ ਮੇਰੇ ਸਵਾਲ ਦਾ ਜਵਾਬ। ਮੈਨੂੰ ਕਹਿਣ ਲੱਗੇ ਕਿ ਇਹ ਸਾਡੇ ਨਿਯਮ ਆ। ਮੈਂ ਕਿਹਾ ਇਹ ਨਿਯਮ ਪੂਰੇ ਸੰਸਾਰ ਦੇ ਅੰਦਰ, ਅਸੀਂ ਟਰੈਵਲ ਕਰਦੇ ਹਾਂ ਕਿਸੇ ਵੀ ਏਅਰਲਾਈਨ ਦੇ ਵਿੱਚ, ਕਦੇ ਨਹੀਂ ਉੱਥੇ ਸ੍ਰੀ ਸਾਹਿਬ ਜਿਹੜੀ ਦਸਤੀ ਪਾਈ ਛੋਟੀ ਸ੍ਰੀ ਸਾਹਿਬ, ਕਦੇ ਕਿਸੇ ਨੇ ਨਹੀਂ ਕਿਹਾ ਵੀ ਉਹ ਉਤਾਰ ਦਿਓ। ਕਿਸੇ ਦੇਸ਼ ਦੀ ਅੰਬੈਸੀ ਦੇ ਵਿੱਚ ਚਲੇ ਜੋ, ਕਦੇ ਐਸਾ ਘਨੌਣਾ ਵਤੀਰਾ ਕਦੇ ਨਹੀਂ ਹੋਇਆ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸਾਡੇ ਦੇਸ਼ ਦੇ ਵਿਦੇਸ਼ ਮੰਤਰੀ ਕੋਲੇ ਜ਼ਰੂਰ ਜਾਊਂਗਾ, ਜ਼ਰੀਆ ਸਪੀਕਰ ਪੰਜਾਬ ਵਿਧਾਨ ਸਭਾ, ਮੈਨੂੰ ਤੁਹਾਡੇ ਵੀਜ਼ੇ ਦੀ ਜ਼ਰੂਰਤ ਨਹੀਂ, ਮੈਂ ਇੱਕ ਨਹੀਂ ਮੈਂ ਸੈਂਕੜੇ ਵੀਜ਼ੇ ਆਪਣੇ ਧਰਮ ਤੋਂ ਦੀ ਕੁਰਬਾਨ ਕਰ ਸਕਦਾ। ਅਮਰੀਕਾ ਦਾ ਵੀਜ਼ਾ ਕੀ ਚੀਜ਼ ਹੈਗੀ ਹੈ? ਅੰਦਰ ਵਾਹਵਾ 10-15 ਮਿੰਟ ਕੰਮ ਪ੍ਰੋਸੈਸ ਰੁਕਿਆ ਰਿਹਾ। ਮੈਂ ਉਹਨਾਂ ਨੂੰ ਕਹਿ ਕਿਹਾ ਕਿ ਅਸੀਂ ਇਹ ਲੜਾਈ ਲੜਾਂਗੇ, ਸਾਡੇ ਧਰਮ ਦੀ ਲੜਾਈ ਹੈਗੀ, ਸਾਡੇ ਧਰਮ ਦੇ ਕਕਾਰਾਂ ਦਾ ਅਪਮਾਨ ਕਰਨ ਦੀ ਜਿਹੜਾ ਤੁਸੀਂ ਇੱਥੇ ਰਵੱਈਆ ਫੜਿਆ ਹੈ ਉਹਦੀ ਅਸੀਂ ਲੜਾਈ ਲੜਾਂਗੇ, ਔਰ ਮੈਨੂੰ ਤੁਹਾਡੇ ਵੀਜ਼ੇ ਦੀ ਲੋੜ ਨਹੀਂ, ਮੈਂ ਆਪਣਾ ਪਾਸਪੋਰਟ ਉਹਨਾਂ ਦੇ ਕੋਲੋਂ ਵਾਪਸ ਲੈ ਕੇ ਆ ਗਿਆ। ਸੋ ਦੋਸਤੋ, ਅੱਜ ਸੰਸਾਰ ਪੱਧਰ ਦੇ ਉੱਤੇ ਸਿੱਖਾਂ ਨੇ, ਪੰਜਾਬੀਆਂ ਨੇ ਐਡੀ ਐਡੀ ਮਿਹਨਤ ਦੇ ਨਾਲ ਆਪਣੇ ਬਲਬੂਤੇ ਦੇ ਉੱਤੇ ਕਿੱਡੇ ਕਿੱਡੇ ਮੀਲ ਪੱਥਰ ਝੰਡੇ ਕੱਢੇ ਹੋਏ ਆ ਪ੍ਰਾਪਤੀਆਂ ਦੇ, ਅਤੇ ਅਸੀਂ ਦੇਸ਼ ਦੇ ਅੰਦਰ ਅਮੈਰੀਕਨ ਅੰਬੈਸੀ ਦੇ ਵਿੱਚ ਆਪਣੇ ਕਕਾਰ ਲਾ ਕੇ ਅਮਰੀਕਾ ਦਾ ਵੀਜ਼ਾ ਲੈਣ ਚਲੇ ਜਾਈਏ, ਆਪਾਂ ਨੂੰ ਸ਼ਰਮ ਆਉਣੀ ਚਾਹੀਦੀ। ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੰਘ ਜਾਂਦੇ ਹੋਣਗੇ ਜਿਹੜੇ ਮੇਰਾ ਖਿਆਲ ਆ ਜਿਹੜੀ ਦਸਤੀ ਕਕਾਰਾਂ ਦੇ ਵਿੱਚੋਂ ਸ੍ਰੀ ਸਾਹਿਬ ਪਾਈ ਆ ਅਤੇ ਲਾ ਕੇ ਬਾਹਰ ਰੱਖ ਜਾਂਦੇ ਹੋਣਗੇ ਕੀ ਅਮਰੀਕਾ। ਮੈਂ ਪੰਜਾਬ ਦਾ, ਪੰਜਾਬੀਆਂ ਦਾ, ਸਿੱਖਾਂ ਦਾ ਜਿਹੜਾ ਅਪਮਾਨ ਕਿਤੇ ਹੋਵੇ ਉਹ ਸਹਿਣ ਨਹੀਂ, ਮੈਨੂੰ ਅਮਰੀਕਾ ਦੇ ਵੀਜ਼ੇ ਦੀ ਲੋੜ ਨਹੀਂ। ਪਰ ਮੈਂ ਜਿਹੜੀ ਕਕਾਰਾਂ ਦੇ ਅਪਮਾਨ ਕਰਨ ਵਾਲੀ ਗੱਲ ਹੈ, ਦੇਸ਼ ਦੇ ਅੰਦਰ ਜਿਹੜੀ ਅਮਰੀਕਨ ਅੰਬੈਸੀ ਹੈਗੀ ਆ, ਅਤੇ ਮੈਂ ਇਹ ਲੜਾਈ ਅਸੀਂ ਜ਼ਰੂਰ ਜਰੀਆ ਪੰਜਾਬ ਵਿਧਾਨ ਸਭਾ ਲੜਾਂਗੇ, ਆਪ ਵਿਦੇਸ਼ ਮੰਤਰੀ ਸਾਨੂੰ ਸਾਡੇ ਧਰਮ ਨਾਲੋਂ ਤੋੜਦਾ ਹੋਵੇ। ਸੋ ਦੋਸਤੋ, ਇਸ ਗੱਲ ਨੂੰ ਸਾਰੇ ਸੰਸਾਰ ਪੱਧਰ ਦੇ ਉੱਤੇ ਅੱਜ ਵਿਚਾਰਨ ਦੀ ਜ਼ਰੂਰਤ ਹੈਗੀ ਆ, ਵਿਚਾਰਨ ਦੀ ਜ਼ਰੂਰਤ ਆ। ਮੇਰੇ ਤੋਂ ਪਿੱਛੇ ਹੋਰ ਵੀ ਬਹੁਤ ਸਾਰੇ ਪੰਜਾਬੀ ਸਿੱਖ ਜਿਹੜੇ ਪੂਰੇ ਅੰਮ੍ਰਿਤਧਾਰੀ ਹੈਗੇ ਸੀ, ਉਹ ਵੀ ਖੜ੍ਹੇ ਸੀ।